ਅੱਜ ਬਹੁਤ ਸੋਹਣਾ ਦਿਨ ਆ ਪਰ ਅੱਜ ਆਪਾਂ ਕਰਨ ਲੱਗਿਆ ਇੱਕ ਕੰਮ ਹਨਾ ਬੂਹਾ ਗੱਡੀ ਨੂੰ ਪੈਂਚਰ ਲਾਉਣਾ ਅਤੇ ਇਹ ਕੰਮ ਵੀ ਕੈਨੇਡਾ 'ਚ ਕਰਨੇ ਪੈ ਜਾਂਦੇ ਆ ਦੇਖਦੇ ਹਾਂ ਜਾਂਦੇ ਹਾਂ ਹਨਾ ਕੈਨੇਡੀਅਨ ਟਾਇਰ ਕੀ ਕੁਛ ਹੁੰਦਾ ਅੱਜ ਤੁਹਾਨੂੰ ਸਾਰਾ ਦਿਖਾਉਣੇ ਆ ਇੱਥੇ ਆਹ ਗੱਡੀ ਆ ਇਹਦਾ ਆਹ ਵਾਲਾ ਟਾਇਰ ਪੈਂਚਰ ਆ ਇਹਦੇ 'ਚ ਪੈਂਚਰ ਲਾਇਆ ਵੀ ਸੀਗਾ ਅਸੀਂ ਇੱਕ ਦਿਨ ਪਰ ਉਹਦੇ 'ਚ ਨਾ ਉਹ ਸਹੀ ਨਹੀਂ ਲੱਗਿਆ ਹਵਾ ਨਿਕਲ ਜਾਂਦੀ ਆ ਏਅਰ ਕੰਪਰੈਸਰ ਅਤੇ ਇਹਦੇ ਨਾਲ ਕੀ ਆ ਹਵਾ ਭਰੀ ਜਾਂਦੀ ਆ ਉਹਦੇ 'ਚ ਆਹ ਜਿਹੜਾ ਇਹਦਾ ਪਲੱਗ ਆ ਆਹ ਇੱਥੇ ਲੱਗ ਜਾਂਦਾ ਜਿੱਥੇ ਆਪਣਾ ਐਫ ਐਮ ਲੱਗਦਾ ਹੁੰਦਾ ਜਾਂ ਪਾਵਰ ਪਲੱਗ ਲਾਉਣੇ ਹੁੰਦੇ ਆਪਾਂ ਇਹਦੇ 'ਚ ਆਹ ਲਾ ਕੇ ਅਤੇ ਹਵਾ ਭਰੀ ਜਾਂਦੀ ਆ ਉਹਦੇ 'ਚ ਬਹੁਤ ਕੰਮ ਦੀ ਚੀਜ਼ ਅੱਜ ਬਹੁਤ ਸੋਹਣਾ ਦਿਨ ਇਹਨੂੰ ਏਅਰ ਕੰਪਰੈਸਰ ਕਹਿੰਦੇ ਹੁੰਦੇ ਨਾ ਹਵਾ ਭਰਨ ਦੇ ਕੰਮ ਆਉਂਦਾ ਅੱਜ ਤਾਂ ਬਹੁਤ ਸੋਹਣਾ ਦਿਨ ਅੱਖ ਨਾਲ ਪਰ ਕੰਮ ਤੇ ਜਾਣਾ ਨਹੀਂ ਕਿਤੇ ਨਾ ਕਿਤੇ ਘੁੰਮ ਕੇ ਹਾਂ ਕੰਮ ਤਾਂ ਦੇਖੋ ਇੱਥੇ ਕਰਨਾ ਹੀ ਪੈਂਦਾ ਹਨਾ ਸਾਡਾ ਵੰਚੂ ਆ ਜੀ ਵੰਚੂ ਲਾਈਵ ਮੈਟਰ ਨੂੰ ਰੈਂਟ ਦੇਣਾ ਸੀਗਾ ਕਾਫੀ ਦਿਨ ਹੋ ਗਏ ਤੇ ਹੁਣ ਵਾਲਿਟ ਘਰੇ ਰਹਿ ਗਿਆ ਸੀਗਾ ਲੈਟਸ ਗੋ ਆਪਣੇ ਘਰ ਕੋਲੇ ਚਾਏ ਵਾਲਾ ਖੁੱਲਣ ਆ ਗਿਆ ਕਾਪੀਰਾਈਟ ਪਵੇਗਾ ਓਏ ਆਪਣੇ ਘਰ ਕੋਲੇ ਚਾਏ ਵਾਲਾ ਖੁੱਲਣ ਵਾਲਾ ਇੱਥੇ ਚਾਹ ਪੀ ਕੇ ਜਾਇਆ ਕਰਾਂਗੇ ਇੱਕ ਗੱਲ ਦੱਸ ਸੱਚ ਤੇਰੇ ਤੇ ਤੇਰੇ ਮਨ ਚ ਅੱਜ ਕੈਲਗਰੀ ਜਾਣ ਦਾ ਖਿਆਲ ਕਿਵੇਂ ਆ ਗਿਆ ਪੰਜਾਬੀ ਕਿੰਨੇ ਕਾ ਪੰਜਾਬੀ ਇੱਥੋਂ ਦੇ ਹਿਸਾਬ ਨਾਲ ਤਾਂ ਬਹੁਤ ਘੱਟ ਹੈ ਤੇ ਫਿਰ ਉੱਥੇ ਬੰਦਾ ਕਰੂਗਾ ਕੀ ਇੱਥੇ ਕੀ ਕਰਨਾ ਇੱਥੇ ਵਧੀਆ ਤਾਂ ਹੈ ਆਲੇ ਪੰਜਾਬੀ ਇੰਨੀਆਂ ਰੌਣਕ ਇੰਨਾ ਕੁਛ ਘੁੰਮਣ ਫਿਰਨ ਨੂੰ ਜਗ੍ਹਾ ਹੈ 4 ਸਾਲਾਂ 'ਚ ਜੀ ਲੱਗੂਗਾ ਚੰਗਾ ਭਲਾ ਸਰੀਰ 'ਚ ਜੀ ਲੱਗਿਆ ਮੇਰਾ ਇੱਥੇ ਤਾਂ ਰਿਹਾ ਹੀ ਨਹੀਂ ਹਨਾ ਪੱਕਾ ਇੱਥੇ ਮਹਿੰਗਾਈ ਬਹੁਤ ਹੋ ਗਈ ਬਾਈ ਇਹ ਬੰਦਿਆਂ ਨੇ ਨਾ ਆਪਦੀ ਸੋਚ ਨਹੀਂ ਵੱਡੀ ਕਰਨੀ ਆਪਦੀ ਕਮਾਈ ਨਹੀਂ ਵਧਾਉਣੀ ਇਹਨਾਂ ਨੇ ਸਰੀ ਛੱਡ ਦੇਣਾ ਕਮਾਈ ਵਧਾ ਕੇ ਉਹੀ ਚੀਜ਼ ਜੇ ਉੱਥੇ ਸਸਤੇ 'ਚ ਮਿਲਦੀ ਆ ਤਾਂ ਕਮਾਈ ਵੀ ਵਧੀਆ ਕਰ ਲੈਂਦਾ ਉੱਥੇ ਕਹਿੰਦੇ ਇੰਨੀ ਕਮਾਈ ਹੈ ਨਹੀਂ ਕਮਾਈ ਕਿਵੇਂ ਵਧੀਆ ਕਰੇਗਾ ਇੱਥੇ ਕੰਮ ਜ਼ਿਆਦੇ ਆ ਕੌਣ ਕਹਿੰਦਾ ਮੈਂ ਕਹਿਣਾ ਯਾਰ ਇੱਥੇ ਤਾਂ ਬੇਰੋਜ਼ਗਾਰੀ ਸਭ ਤੋਂ ਵੱਧ ਚੱਲ ਰਹੀ ਆ ਨਵੇਂ ਸਟੂਡੈਂਟ ਆਈ ਜਾਂਦੇ ਕੰਮ ਘਟੀ ਜਾਂਦਾ ਓਕੇ ਤਾਂ ਵੀ ਮੈਂ ਇਹਦੇ ਨਾਲ ਕੁਛ ਹੱਦ ਤੱਕ ਐਗਰੀ ਹਾਂ ਸਾਡਾ ਫਿਰ ਕੈਲਗਰੀ ਜਾਣ ਦਾ ਹੁਣ ਪਲਾਨ ਬਣ ਸਕਦਾ ਫਿਰ ਮੈਂ ਕੋਆਪ ਹੀ ਉੱਥੇ ਕਰ ਲੈਣਾ ਕਿਉਂਕਿ ਇਹਦੇ ਆਪਾਂ ਹੁਣ ਪੈਰ ਜਮਾਉਣੇ ਆ ਉਹਦੇ ਵਾਸਤੇ ਆਪਾਂ ਜਾਵਾਂਗੇ ਕੈਲਗਰੀ ਮੈਂ ਇਹਦੇ ਨਾਲ ਐਗਰੀ ਹੋ ਰਿਹਾ ਚਲੋ ਅਤੇ ਦੇਖਦਾ ਵੀ ਕਿੰਨਾ ਟਾਈਮ 'ਚ ਇਹ ਸੀ ਗਾ ਵੀ ਹਾਂ ਕੈਲਗਰੀ ਜਾਣਾ ਤਾਂ ਆਪਾਂ ਜਾ ਵੜਾਂਗੇ ਹੋਰ ਬਾਕੀ ਸਾਰੇ ਕਿਤੇ ਮੌਸਮ ਬਹੁਤ ਜ਼ਿਆਦਾ ਖਰਾਬ ਹੈ ਕੈਲਗਰੀ ਫਿਰ ਵੀ ਥੋੜ੍ਹਾ ਜਿਹਾ ਆਇਆ ਸਰੀ ਬਾਅਦ ਵੀ ਠੀਕ ਹੈ ਯਾਰ ਨੋਵਾ ਸਕੋਸ਼ੀਆ ਤੂਫਾਨ ਉੱਠਦੇ ਆ ਸਸਕਾਚੂਆਨ ਉੱਧਰ ਓਕੇ ਅੱਜ ਮੌਸਮ ਦੀ ਵੀ ਗੱਲ ਚੱਲ ਰਹੀ ਹੈ ਇਹ ਮੁੰਡਾ ਅਲਬਰਟਾ 'ਚ ਰਹਿ ਕੇ ਆਇਆ ਹੋਇਆ ਅਤੇ ਉੱਧਰ ਤੂੰ ਕਹਿੰਦਾ ਸੀ ਮੌਸਮ ਬਹੁਤ ਖਰਾਬ ਹੈ ਹਾਂ ਹੋਰਾਂ 'ਚ ਹੋਰ ਕਿਤੇ ਟੋਰੋਂਟੋ ਵੀ ਮਹਿੰਗਾ ਟੋਰੋਂਟੋ ਵੀ ਮਹਿੰਗਾ ਬਾਕੀ ਦੇਖਦੇ ਹਾਂ ਇਹਨੇ ਫਿਊਚਰ ਕੀ ਪਲੈਨਿੰਗ ਬਣਦੀ ਆ ਇੱਕ ਵਾਰੀ ਪੈਂਚਰ ਲਾ ਲਈਏ ਲਓ ਜੀ ਆਪਾਂ ਆ ਗਏ ਕੈਨੇਡੀਅਨ ਟਾਇਰ ਇੱਥੋਂ ਆਪਾਂ ਲੈ ਕੇ ਜਾਣਾ ਸੀਮੈਂਟ ਰਬੜ ਸੀਮੈਂਟ ਕਿਉਂਕਿ ਪਿਛਲੀ ਵਾਰੀ ਜਿਹੜਾ ਪੈਂਚਰ ਲਾਇਆ ਸੀ ਉਹ ਸੀਮੈਂਟ ਨਹੀਂ ਯੂਜ਼ ਕੀਤੀ ਸੀਗੀ ਉਹਦੇ ਨਾਲ ਉਹ 'ਚੋਂ ਹਵਾ ਨਿਕਲਦੀ ਆ ਏਅਰ ਕੰਪਰੈਸਰ ਜਿਹੜਾ ਗੱਡੀ 'ਚ ਪਿਆ $43 ਦਾ ਆਉਂਦੀ ਆ ਬਸ ਹਾਂ ਇਹ ਲਾ ਕੇ ਫੇਰ ਨਹੀਂ ਪੈਂਚਰ ਹਲਦਾ 100% ਯਾਰ ਲੈ ਤੈਨੂੰ ਟਾਇਰ ਨਵਾਂ ਪਵਾ ਦੇ ਹੈਲੋ ਗੱਡੀ ਤਾਂ ਦਵਾ ਦੇ ਪੰਛੂ ਹਵਾ ਭਰਨ ਚੱਲਿਆ ਹੁਣ ਮੁੰਡਾ ਆਹ ਲਾਦਾ ਇਹਨੇ ਪਲੱਗ ਇੱਥੇ ਹਨਾ ਪਹਿਲੀ ਵਾਰੀ ਇੱਥੇ ਰੇਹੜੀ ਦੇਖੀ ਆਪਾਂ ਗੱਡੀ ਦੇ ਮਗਰ ਪਾਈ ਹੋਈ ਆ ਜਿਵੇਂ ਆਪਣੇ ਰੇਹੜੀਆਂ ਹੁੰਦੀਆਂ ਹਨਾ ਇੱਥੇ ਵੀ ਗੱਡੀ ਮਗਰ ਰੇਹੜੀ ਪਾ ਕੇ ਤੇ ਉਹਦੇ ਸਮਾਨ ਰੱਖ ਰੱਖਿਆ ਓਹ ਦੈਟਸ ਰੀਅਲੀ ਕੂਲ ਓਕੇ £500 ਇਹਦੇ 'ਚ £500 ਹੀ ਵੇਟ ਪਾ ਸਕਦੇ ਆ ਇਹ ਇਸ ਤੋਂ ਵੱਧ ਨਹੀਂ ਪਾ ਸਕਦੇ ਰਜਿਸਟਰ ਕੀਤੀ ਹੋਈ ਆ ਲਓ ਬਈ ਇੱਥੇ ਰੇਹੜੀਆਂ ਵੀ ਰਜਿਸਟਰ ਕਰਨੀਆਂ ਪੈਂਦੀਆਂ ਯੈਸ It's like a little boat. Yes. And that and you push it and it starts up and then you give it gas and it goes through the water. Oh, yeah. Be one of those. Okay, that's nice. Was I put sides on it? Yes. Okay. And I've been busy. People stop me. Okay. Okay, thank you. Okay. Eh hana ek You too. Bye. What's your name? My name Gurveer. Yes. Okay. And yours? Danny okay Danny nice to meet you it's Akash yes okay. and
ਇੱਕ ਬੋਟ ਹੁੰਦੀ ਆ ਜਿਹੜੀ ਉਹਦੇ ਪਾਣੀ 'ਚ ਚੱਲਣ ਵਾਲੀ ਹੈ, ਉਹਨੇ ਵੱਢ ਕੇ ਉਦੋਂ ਵੱਢ ਕੇ ਬਣਾਈ ਹੋਈ ਹੈ ਇਹਨੇ ਆ ਪੁਰਾਣਾ ਵੈਂਚਰ ਜਿਹੜਾ ਪਹਿਲਾਂ ਲਾਇਆ ਸੀ। ਆਖਰੀ ਉਮੀਦ ਇੱਥੇ ਸਾਥੋਂ ਇੱਕ ਗਲਤੀ ਹੋ ਗਈ ਕਿ ਜਿਹੜੀ ਪੰਕਚਰ ਸਟੈਪ ਸੀਗੀ ਉਹ ਸਾਡੇ ਕੋਲ ਇੱਕ ਹੀ ਸੀ, ਅਤੇ ਅਸੀਂ ਕੀ ਕੀਤਾ ਉਹ ਜ਼ੋਰ ਦੀ ਧੱਕਦੀ ਅਤੇ ਉਹ ਵਿੱਚ ਹੀ ਵੜ ਗਈ ਉਹਦੇ ਟਾਇਰ ਦੇ। ਫਿਰ ਅਸੀਂ ਵਾਲਮਾਰਟ ਤੱਕ ਆਏ ਗੱਡੀ ਨੂੰ ਲੈ ਕੇ, ਬਹੁਤ ਖੱਜਲ ਖਵਾਰੀ ਹੋਈ ਸਾਡੀ ਇਹਦੇ 'ਚ ਕਿਉਂਕਿ ਟਾਇਰ 'ਚ ਹਵਾ ਨਿਕਲ ਜਾਂਦੀ ਸੀਗੀ। ਅਸੀਂ ਥੋੜ੍ਹਾ ਜਿਹਾ ਅੱਗੇ ਰੋਕ ਕੇ ਫਿਰ ਹਵਾ ਭਰ ਕੇ ਇਹਨੂੰ ਫਿਰ ਚਲਾਉਂਦੇ, ਸਾਡਾ ਸਾਰਾ ਦਿਨ ਹੀ ਇਸ 'ਚ ਲੰਘ ਗਿਆ। ਫਿਰ ਅਸੀਂ ਵਾਲਮਾਰਟ ਤੋਂ ਪੰਕਚਰ ਸਟ੍ਰਿਪ ਖਰੀਦੀਆਂ ਨਵੀਆਂ, ਹੈ ਨਾ, ਅਤੇ ਫਿਰ ਇਹਦੇ 'ਚ ਪੈਂਚਰ ਲਾਇਆ ਅਤੇ ਹਵਾ ਭਰੀ, ਫਿਰ ਕਿਤੇ ਜਾ ਕੇ ਟਾਇਰ ਸੈੱਟ ਹੋਏ। ਓ ਬਈ, ਐਟ ਦਾ ਐਂਡ ਪੈਂਚਰ ਲਾ ਕੇ ਤੇ ਆ ਚੁੱਕੇ ਆ। ਉਮੀਦ ਕਰਦੇ ਆ ਵੀ ਹੁਣ ਇਹ ਨਹੀਂ ਹੱਲੂਗਾ, ਅਤੇ ਇਹ ਚੀਜ਼ ਥੋੜ੍ਹੀ ਪਿੰਡੋਂ ਹੀ ਸਿੱਖ ਕੇ ਆਓ, ਬੰਦੇ ਨੂੰ ਪਹਿਲਾਂ ਹੀ ਹਿਸਾਬ ਕਿਤਾਬ ਜਿਹਾ ਹੋਣਾ ਚਾਹੀਦਾ, ਨਹੀਂ ਬਹੁਤ ਔਖਾ ਹੋ ਜਾਂਦਾ। ਜੇ ਮਕੈਨਿਕਲ ਜਾਣਾ ਹੋਵੇ ਤਾਂ ਬਾਹਲਾ ਹੀ ਖਰਚਾ ਆ ਜਾਂਦਾ।